ਆ ਵੀਰ ਬਣ ਕੇ ਫੁੱਲ ਨਾ ਆ ਜਿਹੜੇ ਸਿੱਧੇ ਫੁੱਲ ਮਾਰਦੇ ਹੋ ਕਈ ਵਾਰੀ ਡੰਡੀ ਅੱਖ ਚ ਵੱਜ ਜਾਂਦੀ ਆ। ਮੈਂ ਤੁਹਾਡੇ ਜਜ਼ਬਾਤਾਂ ਨੂੰ ਸਮਝਦਾ, ਤੁਸੀਂ ਪਿਆਰ ਨਾਲ ਸੁੱਟ ਰਹੇ ਹੋ, ਪਰ ਕਈ ਵਾਰੀ ਨਾ ਡੰਡੀ ਜਿਹੜੀ ਹੈ ਜਿਹੜੀ ਡੰਡੀ ਹੈ ਇਹ ਅੱਖ ਚ ਵੱਜ। ਧੰਨਵਾਦ ਹੈ ਤੁਹਾਡਾ ਵੀਰੋ। ਅੱਜ ਤੁਹਾਡੇ ਕੋਲ ਪਹੁੰਚੇ ਆ ਬਠਿੰਡਾ ਲੋਕ ਸਭਾ ਸੀਟ ਦੇ ਉੱਤੇ ਸਾਡੇ ਬੇਹੱਦ ਇਮਾਨਦਾਰ ਸੂਝਵਾਨ ਤੇ ਸਾਊ ਸਿਆਸਤਦਾਨ ਮੰਨੇ ਗਏ ਖੁੱਡੀਆਂ ਪਰਿਵਾਰ ਦੇ ਚਿਰਾਗ ਨੇ ਜਹੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਦੇ ਫਰਜ਼ੰਦ, ਸਾਡੇ ਮੰਤਰੀ ਮੰਡਲ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਤੁਹਾਡੇ ਉਹ ਤੋ ਜਿੰਨੇ ਵੀ ਤੁਸੀਂ ਇੱਥੇ ਭਾਰੀ ਗਿਣਤੀ 'ਚ ਪਹੁੰਚੇ ਹੋ, ਆਪਾਂ ਕੋਈ ਕਿਸੇ ਨੂੰ ਇੱਥੇ ਡਰਾਉਣ ਨਹੀਂ ਹੈ, ਆਪਾਂ ਕੋਈ ਕਿਸੇ ਨੂੰ ਧਮਕਾਉਣ ਨਹੀਂ ਹੈ। ਹਾਂ ਆਪਾਂ ਇੰਨਾ ਕੁ ਉਹਨਾਂ ਨੂੰ ਯਾਦ ਕਰਾਉਣ ਜ਼ਰੂਰ ਆਏ ਹਾਂ ਕਿ ਕਦੇ ਕਦੇ ਪੱਥਰ ਦਿਲ 'ਤੇ ਧਰ ਕੇ ਉਹ ਮੇਲਾ ਦੇਖਣਾ ਪੈ ਜਾਂਦਾ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ। ਜਦੋਂ ਘਰ ਮੂਰਤੀ ਲੰਘਾਂਗੇ ਮੈਂ ਸੋਚਦਾ ਹੁੰਦਾ ਸੀ ਜਦੋਂ ਘਰ ਮੂਰਤੀ ਲੰਘਾਂਗੇ ਜਵਾਕ ਵੀ ਗੱਡੀਆਂ ਪਛਾਣਨਗੇ, ਪਾਪਾ ਉਹ ਮੇਰੇ ਵਾਲੀ, ਮੰਮੀ ਉਹ ਮੇਰੇ ਵਾਲੀ, ਤਾਂ ਪਾਪਾ ਮੰਮੀ ਕਹਿਣਗੇ ਚੁੱਪ ਕਰ ਜਾਓ ਸਾਡੇ ਵਾਲੀ ਐ ਵੀ ਸੀ। ਇਹ ਐਂ ਕਦੇ ਕਿਸੇ ਦੀ ਜਗੀਰ ਨਹੀਂ ਹੁੰਦੀਆਂ, ਇਹਨਾਂ ਨੇ ਸਮਝ ਲਿਆ ਸੀ ਅਸੀਂ ਉਹੀ ਹੁੰਦੇ ਹਾਂ ਬਸ। ਜਿਹੜੇ ਆਹ ਦਰਖਤ ਹੈ, ਆਹ ਜਿਹੜੇ ਦਰਖਤ ਹੈ ਬਾਈ ਜੀ, ਇਹ ਕਿਸੇ ਹੋਰ ਪਿੰਡ ਹੈਗੇ ਇਹ ਦਰਖਤ? ਇਹ ਇਹ ਪਿੰਡ ਦੀ ਧਰਤੀ ਕੋਈ ਦੁਬਈ ਤੋਂ ਲਿਆਂਦੀ ਹੈ? ਦਰਖਤ ਦੁਬਈ ਦੇ ਨੇ। ਇਹ ਕਦੋਂ ਲਿਆਂਦੇ ਸੀ ਪਤਾ? ਇਨਵੈਸਟ ਪੰਜਾਬ ਨਾਂ ਦਾ ਇੱਕ ਪ੍ਰੋਗਰਾਮ ਕਰਾਇਆ ਸੀ ਉੱਥੇ ਮੋਹਾਲੀ, ਅੰਬਾਨੀ ਹੋਰੀ ਆਏ ਸੀ ਸਾਰੇ ਉੱਥੇ, ਉਹਨਾਂ ਉੱਥੇ ਡੈਕੋਰੇਸ਼ਨ ਕਰਨ ਵਾਸਤੇ ਆਹ ਦਰਖਤ ਮੰਗਾਏ ਸੀ ਦੁਬਈ ਤੋਂ। ਠੀਕ ਹੈ, ਉਹਤੋਂ ਬਾਅਦ ਅਨਵਸਟ ਉਸ ਤਾਂ ਕੀ ਕਰਾਉਣਾ ਸੀਗਾ, ਉਹ ਤਾਂ ਗੱਲ ਬਣੀ ਨਹੀਂ, ਪਰ ਵੀਰੋ ਆਉਂਦੇ ਹੋਏ ਦਰਖਤ ਵੀ ਪੱਟ ਕੇ ਘਰੇ ਲੈ ਆਏ ਯਾਰ। ਤੁਸੀਂ ਸੋਚ ਸਕਦੇ ਹੋ, ਇਹਨਾਂ ਤੋਂ ਉਮੀਦ ਕਰ ਸਕਦੇ ਹੋ ਕਿ ਆਪਣੇ ਪੰਜਾਬ ਦੀ ਇਹ ਕੋਈ ਰਾਖੀ ਕਰਨਗੇ? ਦਰਖਤ ਵੀ ਨਹੀਂ ਛੱਡੇ ਚੰਡੀਗੜ੍ਹ, ਘਰੇ ਲਿਆਓ ਹਰ ਕੁਛ ਘਰੇ। ਪਾਕਿਸਤਾਨ ਗਏ, ਜੇ ਮੈਂ ਪਾਕਿਸਤਾਨ ਜਾਵਾਂ ਨਾ, ਮੈਂ ਆ ਹੁਣੇ ਹੁਣੇ ਮੁੱਖ ਮੰਤਰੀ ਬਣਿਆ ਮਰੀਅਮ ਸ਼ਰੀਫ ਨਵਾਜ਼ ਸ਼ਰੀਫ ਦੀ ਬੇਟੀ, ਉਧਰਲੇ ਪੰਜਾਬ ਦੀ ਮੁੱਖ ਮੰਤਰੀ ਬਣੀ, ਤੇ ਮਿਲਣ ਗਿਲਣ ਦਾ ਜੇ ਪ੍ਰੋਗਰਾਮ ਬਣੇ ਦੋਨੇ ਪੰਜਾਬਾਂ ਦਾ, ਮੈਂ ਕੀ ਮੰਗੂੰਗਾ ਉੱਥੇ? ਬਾਈ ਜੀ ਆਪਣੇ ਬਹੁਤ ਸਾਰੇ ਮੁੰਡੇ ਬੈਠੇ ਆ ਜਿਹੜੇ 20-25 ਸਾਲ ਤੋਂ ਉਹਨਾਂ ਦੀਆਂ ਜੇਲ੍ਹਾਂ 'ਚ ਕੈਦ ਨੇ ਜਾਂ ਜੰਗੀ ਕੈਦੀ ਨੇ, ਮਤਲਬ ਇੱਥੇ ਬੁੱਤਲਾਂ ਹੀ ਬੈਠੇ ਹਾਂ। ਬਾਅਦ 'ਚ ਪਤਾ ਲੱਗਿਆ ਮੇਰੇ ਕੋਲ 4-5 ਕੇਸ ਐਸੇ ਆਏ ਨੇ, ਇੱਥੇ ਬੁੱਤਲਾਂ ਹੀ ਬੈਠੇ ਹਾਂ। ਬਾਅਦ 'ਚ ਪਤਾ ਲੱਗਿਆ ਉਹ ਤਾਂ ਉੱਥੇ ਜਿਉਂਦਾ, ਉਹ ਜੰਗ ਦੇ ਵਿੱਚ ਫੜ ਲਿਆ ਸੀ
ਮੈਂ ਉਹਨਾਂ ਨੂੰ ਛਡਾ ਕੇ ਲਿਆਉਂਗਾ ਵੀ ਐਂ ਕਰੋ 25 ਸਾਡੇ ਦੇ ਦਿਓ, ਆਪਣੇ ਕੋਲ ਵੀ ਨੇ ਉਹਨਾਂ ਦੇ, 25 ਸਾਡੇ ਤੋਂ ਲੈ ਲਓ, ਮੈਂ ਆਹ ਕਰੂੰਗਾ। ਇਹ ਗਏ ਸੀ ਪਾਕਿਸਤਾਨ, ਭੇਡੂ ਲੈ ਕੇ ਆਏ ਆ ਬਾਈ, ਇੱਥੇ ਬੰਨੀ ਖੜੇ ਹਨ। ਕਦੇ ਪੰਜਾਬ ਬਾਰੇ ਸੋਚਿਆ ਬਾਈ? ਕਦੇ ਸੋਚ ਸਕਦੇ ਨੇ ਪੰਜਾਬ ਬਾਰੇ? ਕਿਹੜੀਆਂ ਗੱਲਾਂ ਯਾਰ, ਤੁਸੀਂ ਪਾਕਿਸਤਾਨ ਜਾਂਦੇ ਹੋ, ਤੁਸੀਂ ਮੁੰਡੇ ਦਾ ਕੀ ਛੱਡਣਾ, ਭੇਡੂ ਦੇ ਦਿਓ ਜੀ, ਆਓ ਭੇਡੂਆਂ ਜਾਂ ਨਾਲ। ਇੱਕ ਦਿਨ ਵੀਡੀਓ 'ਚ ਵੀ ਪਾਈ ਸੀ ਉਹਨੇ, ਖੇਡੋ ਭੇਡੂਆਂ ਨਾਲ। ਹੁਣ ਫਿਰ ਲੋਕਾਂ ਨੇ ਕਹਿਤਾ ਹੈਂ ਹੈਂ ਜੀ, 40-50 ਰੰਗ ਦੇ ਕੁੱਤੇ, ਮੈਨੂੰ ਤਾਂ ਪਤਾ ਲੱਗਾ ਇਟਲੀ ਤੋਂ ਲਿਆ ਕੇ ਲਿਆ ਮਾਰਬਲ, ਜਿਹੜਾ ਪੱਥਰ ਹੈ ਨਾ ਇਟਲੀ ਤੋਂ ਲਿਆ ਕੇ ਲਾਣ ਲਿਆਂਦਾ। ਜੇ ਕਾਂ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ, ਤਿਲਕ ਜਾਂਦਾ ਕਾਂ, ਤੇ ਸਾਡੀਆਂ ਯਾਰ ਘਰਾਂ ਦੀਆਂ ਛੱਤਾਂ ਚ ਹੋਈ ਜਾਂਦੀਆਂ। ਸੋ ਵੀਰੋ, ਆਪਾਂ ਪੰਜਾਬ ਵਾਸਤੇ ਕੁਛ ਕਰਨਾ, ਆਪਾਂ ਇਹੋ ਜਿਹੇ 45 ਡਿਗਰੀ ਟੈਂਪਰੇਚਰ 'ਚ ਨਹੀਂ ਨਿਕਲ ਸਕਦੇ ਵੀਰੋ। ਇਹ ਇੰਨੇ ਇਹੋ ਜਿਹੇ ਟੈਂਪਰੇਚਰ 'ਚ ਘੰਟਾ ਆ ਜਾਏ ਸੁਖਬੀਰ, ਮੈਂ ਸ਼ਰਤ ਲਾਉਂਦਾ 1 ਘੰਟੇ ਬਾਅਦ ਚੱਕ ਕੇ ਲੈ ਕੇ ਜਾਣਾ ਪਊ, ਅਤੇ ਕੱਦੂਆਂ ਨਾਲ ਮਾਲਿਸ਼ ਕਰਨੀ ਪਊ ਪੈਰਾਂ ਦੀਆਂ ਤਲੀਆਂ ਦੀ, ਹਾਂ ਘਿਓ ਝੱਸਣਾ ਪਊ, ਫਿਰ ਕਿਤੇ ਸੁਰਤ ਆਊ। ਇੰਨੀ ਧੁੱਪ 'ਚ ਕਿਤੋਂ ਨਿਕਲੇ ਨੇ ਇੰਨੀ ਧੁੱਪ 'ਚ ਯਾਰ? ਨਾ 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 ਨਾ, ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ। ਸੋ ਵੀਰੋ, ਅਸੀਂ ਆਪਾਂ ਆਮ ਹਾਂ, ਆਪਾਂ ਬੋਰ ਦੇ ਟੋਇਆਂ 'ਚੋਂ ਨਿਕਲੇ ਹੋਏ ਹਾਂ ਯਾਰ। ਆਹ ਕਿੱਡੀ ਕੁ ਗਰਮੀ ਹੈ, ਕਿਹੜੀ ਗਰਮੀ ਹੈ ਇਹ? ਬੋਰ ਦੇ ਟੋਇਆਂ 'ਚੋਂ ਨਿਕਲੇ ਹੋਏ ਹਾਂ, ਉਹੀ 2 ਇੰਚ ਨਾਲ ਸਲੈਂਸਰ ਦੇ ਮੂਹਰੇ ਮੱਛਰਦਾਨੀ ਲਾ ਕੇ ਸੌਣ ਵਾਲੇ ਹਾਂ ਆਪਾਂ। ਸਾਡੀ ਰੀਸ ਕਰ ਦੇਣਗੇ ਇਹ, ਤੁਹਾਡੇ ਨਾਲ ਹਾਂ, ਤੁਹਾਡੇ ਵਰਗੇ ਹਾਂ, ਅਸੀਂ ਖੜਾਂਗੇ। ਐਤਕੀ ਐਤਕੀ ਆਖਰੀ ਮੈਂਬਰ ਰਹਿ ਗਿਆ ਪਰਿਵਾਰ ਦਾ, ਬਸ ਫਿਰ ਆਪਸ 'ਚ ਗੱਲਾਂ ਕਰਿਆ ਕਰਨਗੇ 5 ਜੂਨ ਤੋਂ ਬਾਅਦ। ਉਹ ਕਹਿੰਦਾ ਗੁਰੂ ਤੂੰ ਹਾਰ ਗਿਆ, ਉਹ ਕਹਿੰਦਾ ਤੂੰ ਕਿਹੜਾ ਜਿੱਤ ਗਈ। ਇੱਕ ਨਵੀਂ ਕਿੱਕਲੀ ਲਿਖੀ ਹੈ, ਨਵੀਂ ਕਿੱਕਲੀ ਲਿਖੀ ਅੱਜ ਹੀ, ਬਹੁਤ ਵਧੀਆ ਮੌਕਾ ਘਰੇ ਸੁਣਾਉਣ ਦਾ। ਆਵਾਜ਼ ਚੱਕਦੀ ਵੀ ਇੱਧਰ ਨੂੰ, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ, ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ, ਉਹ ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ। ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ, ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ। ਕੰਮ ਕੀਤੇ ਭਗਵੰਤ ਨੇ, ਸਾਡੀ ਪਾਰਟੀ ਦਾ ਅੰਤ ਨੇ, ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨੀ, ਬਿਜਲੀ ਦਾ ਕੋਈ ਬਿੱਲ ਨੀ, ਕੱਸੀਆਂ ਚ ਪਾਣੀ ਹੈ, ਨੌਕਰੀਆਂ ਦੇਣ ਵਾਲੀ ਬੜੀ ਲੰਮੀ ਕਹਾਣੀ ਹੈ। ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ।
ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ, ਉਹ ਤੋਂ ਬਾਅਦ ਸਮਝੀ ਨਾ ਸੋਚੀ ਹੈ, ਫਿਰ ਅਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਹੈ। ਮੇਰਾ ਉੱਡਿਆ ਪਿਆ ਸਕੂਨ ਵੇ, ਮੇਰਾ ਉੱਡਿਆ ਪਿਆ ਸਕੂਨ ਵੇ, ਨਾਲੇ ਸੁੱਕੀ ਜਾਵੇ ਖੂਨ ਵੇ, ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ। ਅਸੀਂ ਮੌਜ ਬੜੀ ਲੁੱਟੀ ਹੈ ਘੁੱਗੀ ਛਿੱਤਰ ਨਾਲ ਕੁੱਟੀ ਹੈ, ਅਸੀਂ ਮੌਜ ਬੜੀ ਲੁੱਟੀ ਹੈ ਘੁੱਗੀ ਛਿੱਤਰ ਨਾਲ ਕੁੱਟੀ ਹੈ, ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਹੈ। ਲੈ ਬਾਦਲਾਂ ਦੀ ਰਾਜਨੀਤੀ ਚੋਂ 4 ਜੂਨ ਤੋਂ ਬਾਅਦ ਪੱਕੀ ਹੋਈ ਛੁੱਟੀ ਹੈ, ਬੋਲੇ ਸੋਨਿਆਲ, ਬੋਲੇ ਸੋਨਿਆਲ। ਬਹੁਤ ਸਤਿਕਾਰਯੋਗ ਮੇਰੇ ਭੈਣ ਭਰਾਓ, ਬਜ਼ੁਰਗੋ, ਵੀਰੋ, ਸਰਦਾਰ ਭਗਵੰਤ ਸਿੰਘ ਜੀ ਮਹਾਨ, ਪੰਜਾਬ ਦੀ ਸ਼ਾਨ, ਜਿਹਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ, ਅੱਜ ਆਪਣੀ ਲੋਕ ਸਭਾ ਦੀ ਇਸ ਵੱਡੀ ਚੋਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਲਈ, ਤੁਹਾਨੂੰ ਉਤਸ਼ਾਹਿਤ ਕਰਨ ਲਈ, ਦਿਸ਼ਾ ਨਿਰਦੇਸ਼ ਦੇਣ ਲਈ ਆਏ, ਮੈਂ ਇਹਨਾਂ ਦਾ ਧੰਨਵਾਦੀ ਹਾਂ। ਆਪਾਂ ਆਪੋ ਆਪਣੀਆਂ ਡਿਊਟੀਆਂ, ਇੱਕ ਇੱਕ ਭੈਣ ਭਰਾ ਆਪਣੇ ਆਪ ਨੂੰ ਗੁਰਮੀਤ ਸਮਝੋਗੇ ਤੇ ਆਪਣੀ ਵੱਡੀ ਜੀਤ ਹੋਊਗੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।